मतलब एक घूमना फिरना जेड़ा सैर सपाटा ना वो इसे तरह चलता रहना, पर मैंने एक गल ना बहुत खल रही थी कि मैं थोड़ी सेहत का जना बिल्कुल ख्याल नहीं रख रही। सो इस करके मैं थानू सरब ENT हॉस्पिटल दे विच लेके आई। ENT यानी कि ईयर नोज एंड थ्रोट। हुण तुसी कुछ भी खा सकते हो, बिकॉज मैं भी एक इत्थों जाने तो बाद ना पक्का गोलगप्पे खाने, बिकॉज मैनू पता है कि डर जेड़ा है ना गला खराब होने का वह बिल्कुल नहीं रहना। सो इंजॉय करते हैं, बट पहला गेड़ी मारते हैं अंदर हॉस्पिटल की। आओ चलिए। ਬਈ ਇਹ ਹੈ OT ਯਾਨੀ ਕਿ ਆਪਰੇਸ਼ਨ ਥੀਏਟਰ। ਇੱਥੇ ਹਰ ਤਰ੍ਹਾਂ ਦਾ ਤੁਹਾਡੇ ਨੱਕ ਗਲੇ ਤੇ ਕੰਨ ਨਾਲ ਰਿਲੇਟਡ ਆਪਰੇਟ ਹੁੰਦਾ ਹੈ। ਵੈਲ ਬੜੀ ਹੀ ਸ਼ਾਂਤੀ ਹੈ ਇਸ ਪ੍ਰਾਈਵੇਟ ਰੂਮ ਦੇ ਵਿੱਚ, ਪਰ ਰੂਮ ਜਿਹੜਾ ਵੀ ਹੋਵੇ ਪੇਸ਼ੈਂਟ ਤਾਂ ਹੀ ਜਲਦੀ ਰਿਕਵਰ ਕਰਦਾ ਜੇ ਉੱਥੇ ਪੂਰੀ ਉਹਨੂੰ ਰੈਸਟ ਮਿਲੇ, ਮੈਂਟਲ ਸਿਕਨੈਸ ਤੋਂ ਉਹ ਦੂਰ ਹੋਵੇ। ਹੁਣ ਗੱਲਬਾਤ ਕਰਦੇ ਹਾਂ ਸਰਵ ਹੋਸਪਿਟਲ ਦੇ ਡਾਕਟਰ ਹਰਿੰਦਰਪਾਲ ਸਿੰਘ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਿਲਕੁਲ ਵਧੀਆ, ਬਹੁਤ ਵਧੀਆ ਜੀ। ਓਕੇ, ਅੱਛਾ ਸਰ, ਤੁਸੀਂ ਸਾਨੂੰ ਆਪਣੇ ਹੋਸਪਿਟਲ ਵਾਲੇ ਬਾਰੇ ਥੋੜ੍ਹੀ ਜੀ ਇਨਫੋਰਮੇਸ਼ਨ ਦਿਓ ਕਿ ਤੁਸੀਂ ਇਹ ਹੋਸਪਿਟਲ ਨਵਾਂ ਸ਼ਹਿਰ ਦੇ ਵਿੱਚ ਕਦੋਂ ਸਟੈਬਲਿਸ਼ ਕੀਤਾ? ਅਸੀਂ ਸਰਵ ਹੋਸਪਿਟਲ ਨਵਾਂ ਸ਼ਹਿਰ ਵਿੱਚ 2009 ਫਰਵਰੀ ਸਟਾਰਟ ਕੀਤਾ ਹੈਗਾ। ਅਸੀਂ ਇਹ ਹਸਪਤਾਲ ਇਸ ਖੁਆਇਸ਼ ਲਈ ਸਟਾਰਟ ਕੀਤਾ ਹੈਗਾ ਕਿ ਇੱਥੇ ਕੰਨ ਨੱਕ ਗਲੇ ਦੇ ਮਰੀਜ਼ ਸਾਡੇ ਡਿਸਟ੍ਰਿਕਟ ਤੋਂ ਬਾਹਰ ਨਾ ਜਾਣ, ਇਹਨਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਇਸੀ ਡਿਸਟ੍ਰਿਕਟ 'ਚ ਮਿਲ ਜਾਏ। ਤਾਂ ਉਹ ਮਕਸਦ ਆਪਣੇ ਅੱਗੇ ਰੱਖਦੇ ਹੋਏ ਅਸੀਂ ਇਹ ਸਰਵ ਹਸਪਤਾਲ ਸ਼ੁਰੂ ਕੀਤਾ ਹੈਗਾ ਕਿ ਇੱਥੇ ਨੱਕ ਕੰਨ ਗਲੇ ਦਾ ਹਰ ਪ੍ਰਕਾਰ ਦਾ ਇਲਾਜ ਬਹੁਤ ਹੀ ਆਧੁਨਿਕ ਤਰੀਕੇ ਨਾਲ ਅਸੀਂ ਕਰਦੇ ਹਾਂ। ਇੱਥੇ ਸਾਡੇ ਕੋਲ ਬਹੁਤ ਵਧੀਆ ਲੇਟੈਸਟ ਟੈਕਨੋਲੋਜੀ ਦੇ ਮਾਈਕਰੋਸਕੋਪ ਨੇ ਜਿਹਦੇ ਨਾਲ ਅਸੀਂ ਬਹੁਤ ਵਧੀਆ ਆਪਰੇਸ਼ਨ ਕਰਦੇ ਹਾਂ। ਪਰਦੇ ਲੱਗਦੇ ਨੇ, ਡੁੱਲਣਾ ਕੰਨ ਬੰਦ ਹੋ ਜਾਂਦਾ ਹੈਗਾ। ਇਸ ਤਰੀਕੇ ਨਾਲ ਅਸੀਂ ਕੰਨ ਦੇ ਬੜੇ ਵਧੀਆ ਪੇਸ਼ੈਂਟ ਜਿਹੜੇ ਕਈ ਵਾਰੀ ਸਿਰਫ PGI ਹੀ ਹੁੰਦੇ ਸੀਗੇ ਅਸੀਂ ਇੱਥੇ ਕਰਦੇ ਹੈਗੇ ਨੇ। ਜਿੱਦਾਂ ਅਸੀਂ ਕੰਨ ਦਾ ਪਰਦਾ ਪਾਉਣਾ, ਟਿਪੈਨੋਪਲਾਸਟੀ ਕਹਿੰਦੇ ਹੈ, ਹੱਡੀ ਗੱਲ ਨਹੀਂ ਮੈਸਟਰੋਡੈਕਟਮੀ ਕਹਿੰਦੇ ਹੈਗੇ ਨੇ, ਕੰਨ 'ਚ ਸਟੇਪੀਡੈਕਟਮੀ ਹੈਗੀ ਹੈ। ਇਹ ਸਰਜਰੀਆਂ ਜਿਹੜੀ ਪਹਿਲਾਂ ਬਹੁਤ ਵੱਡੇ ਵੱਡੇ ਹਸਪਤਾਲਾਂ 'ਚ ਹੁੰਦੀ ਸੀਗੀ ਅਸੀਂ ਇੱਥੇ ਕਰਦੇ ਹਾਂ। ਕਈ ਵਾਰੀ ਮੂੰਹ ਪਿੰਗਾ ਹੋਣਾ, ਫੇਸ਼ੀਅਲ ਡੀਕੰਪਰੈਸ਼ਨ ਅਸੀਂ ਇੱਥੇ ਕਰਦੇ ਹਾਂ। ਫਿਰ ਅਸੀਂ ਨੱਕ ਦੀ ਗੱਲ ਕਰੀਏ, ਨੋਜ਼ ਵਾਲੇ ਅੱਜ ਕੱਲ੍ਹ ਤੁਸੀਂ ਸੁਣਿਆ ਹੋਣਾ ਕਿ ਅੱਜ ਕੱਲ੍ਹ ਨਵੀਂ ਦੂਰਬੀਨਾਂ ਸਰਜਰੀ ਚੱਲਦੀ ਹੈ ਜਿਹਨੂੰ ਅਸੀਂ ਫੈਸ ਕਹਿੰਦੇ ਨੇ। ਉਹਦੇ 'ਚ ਬਹੁਤ ਆਧੁਨਿਕ ਤਰੀਕੇ ਨਾਲ ਵਧੀਆ ਵਧੀਆ ਮਸ਼ੀਨਾਂ ਨਾਲ ਦੂਰਬੀਨ ਨਾਲ ਅਸੀਂ ਪੇਸ਼ੈਂਟ ਕਰਦੇ ਹਾਂ। ਉਹਦੇ ਨਾਲ ਨੱਕ ਦੀ ਰਸੌਲੀਆਂ, ਨੱਕ ਦੀ ਹੱਡੀ, ਈਵਨ ਅਸੀਂ ਅੱਜ ਕੱਲ੍ਹ ਤਾਂ ਬ੍ਰੇਨ ਤੱਕ ਪਹੁੰਚ ਜਾਂਦੇ ਹਾਂ। ਬ੍ਰੇਨ ਦੀ ਕਈ ਆਪਰੇਸ਼ਨ, ਅੱਖ ਦੇ ਕਈ ਆਪਰੇਸ਼ਨ ਦੂਰਬੀਨ ਨਾਲ ਕਰ ਸਕਦੇ ਹੈਗੇ। ਓਕੇ, ਸੋ ਇਸੀ ਜੀ ਸਰਵ ਹੋਸਪਿਟਲ ਦੇ ਬਹੁਤ ਹੀ ਕਾਬਿਲ ਡਾਕਟਰ ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ, ਅਤੇ ਹੁਣ ਵੇਲਾ ਹੋ ਗਿਆ ਹੈ ਨਵੇਂ ਸ਼ਹਿਰ ਦੀ ਸੈਰ ਨੂੰ ਅੱਗੇ ਵਧਾਉਂਦੇ ਹੋਏ ਇੱਕ ਨਵੀਂ ਡੈਸਟੀਨੇਸ਼ਨ 'ਤੇ ਪਹੁੰਚਣ ਦਾ। ਸੋ ਆਈ ਨੋ ਯੂ ਆਲ ਆਰ